ਆਪਾਂ ਆਹ ਲਿਆ ਇੱਕ ਮੈਂ ਅੱਜ ਲਿਆ ਤੇ ਆਪਾਂ ਤਾਂ ਇੱਕ ਪ੍ਰਸ਼ਾਦ ਲੈ ਲਿਆ। ਯੋ ਗਾਇਸ, ਵੈਲਕਮ ਬੈਕ ਟੂ ਮਾਈ ਅਨਦਰ ਵਲੌਗ। ਤੇ ਅੱਜ ਦੇ ਵਲੌਗ 'ਚ ਆਪਾਂ ਹੁਣ ਚੱਲੇ ਹਾਂ ਬਾਹਰ, ਅਤੇ ਕਿਉਂਕਿ ਅੱਜ ਮਨੀ ਭਾਅ ਜੀ ਭੁੱਪੀ ਭਾਅ ਜੀ ਜਿਹੜੇ ਸਾਡੇ ਓਪਨਰ ਆ ਬੈਟਸਮੈਨ, ਉਹਨਾਂ ਦੇ ਘਰ ਪਾਠ ਆ। ਸੋ ਹੁਣ ਆਪਾਂ ਪਾਠ 'ਤੇ ਚੱਲੇ ਹਾਂ ਅਤੇ ਮੈਂ ਨਹਾ ਧੋ ਕੇ ਤਿਆਰ ਹੋ ਗਿਆ ਹੁਣ। ਸੋ ਹੁਣ ਚੱਲਦੇ ਹਾਂ। ਸੋ ਹੁਣ ਮੈਂ ਜਾਂਦਾ ਪਿਆ ਸਭ ਤੋਂ ਪਹਿਲਾਂ ਤਾਂ ਇੱਥੇ ਆਪਣੇ ਮੈਂ ਇੱਕ ਫਰੈਂਡ ਨੂੰ ਲੈ ਕੇ ਜਾਣਾ। ਸੋ ਉਹਦੇ ਘਰ ਆ ਗਿਆ ਅਰੁਣ ਦਾ, ਤੁਹਾਨੂੰ ਪਤਾ ਹੀ ਹੋਣਾ, ਲਾਸਟ ਵਲੌਗ ਦੇਖਿਓ ਤੁਸੀਂ ਅਤੇ ਉਹ 'ਚ ਤੁਹਾਨੂੰ ਪਤਾ ਲੱਗਣਾ ਬ੍ਰੋ ਉਹਦਾ ਘਰ ਆ ਗਿਆ। ਅਰੁਣ ਆਏ ਘਰੋਂ ਵਾਲ ਹੇਅਰ ਬੈਂਡ ਦਾ ਪਿੱਛੇ ਨੂੰ ਕਰਕੇ ਆਉਂਦਾ ਅਤੇ ਮੱਥੇ 'ਤੇ ਡਿੱਗਦੇ ਆ ਗਏ। ਹੋਰ ਹੋਰ ਇੱਥੇ ਪਹੁੰਚੇ ਆ, ਇੱਥੇ ਸਟਾਰਟਿੰਗ 'ਚ ਗੋਲ ਗੱਪੇ ਕਹਿਣ ਲੱਗਾ ਸੀ। ਆਹ ਕਿਆ ਫਿੰਗਰ ਬ੍ਰੋ, ਫਿੰਗਰ ਸਟਾਰਟ ਹੋ ਗਏ ਆ, ਸਟਾਰਟ ਹੋ ਗਏ। ਸਭ ਤੋਂ ਪਹਿਲਾਂ ਮੁੰਡਾ ਇਹਨੇ ਪਕੌੜੇ ਸਟਾਰਟ ਕੀਤੇ, ਡੋਂਗੇ ਵੀ ਲੱਗਣ ਦਿੱਤੇ ਪੂਰੇ। ਅਤੇ ਹੁਣ ਯਾਰ ਇੱਥੇ ਆਏ ਹਾਂ, ਧੁੱਪ ਗਰਮੀ ਥੋੜ੍ਹੀ ਜ਼ਿਆਦਾ ਆ। ਉਹ ਚੱਕਾ ਮੁੰਡੇ ਨੇ ਕੁੜਤਾ ਪਜਾਮਾ ਪਾਇਆ। ਅਤੇ ਹੁਣ ਅਰੁਣ ਅਤੇ ਮੈਂ ਸੋਚਦਾ ਪਿਆ ਕਿ ਆਪਾਂ ਅੰਦਰ ਮੱਥਾ ਟੇਕਣ ਜਾਈਏ ਕਿ ਨਹੀਂ, ਚੱਲ ਆਏ ਠੀਕ ਹੈ ਜੀ। ਲੈਟਸ ਡੂ ਇਟ ਯਾ ਬ੍ਰੋ, ਚਲੋ ਰੋਜ਼ਾ ਬੂਟ ਦਾ ਲਾ ਲਵਾਂ ਮੈਂ, ਹਾਰ ਮਾਰ ਲੈਣਾ ਹੁਣ ਆਪਾਂ ਮੱਥਾ ਤਾਂ ਟੇਕੇ। ਅਤੇ ਚਲੋ ਬ੍ਰੋ ਉਹ ਲੈ, ਅਤੇ ਅਰੁਣ ਅਤੇ ਮੈਂ ਇੱਕ ਇੱਕ ਵਿੱਚ ਹੀ ਖਾ ਲੈਂਦੇ ਅਰੁਣ, ਇੱਕ ਮੇਲੇ ਦੀ ਚੱਲ ਕੋਈ ਨੀ, ਹਰੇ ਵਾਲਾ ਮੈਂ ਖਾ ਲੂੰਗਾ ਬ੍ਰੋ। ਉਹ ਜਦੋਂ ਰੈਡ ਮੈਂ ਕੀ ਤਾਂ ਦੋ ਬਸ ਯਾਰ ਮਾਮਾ ਬਸ ਬਸ ਇਹ ਸਾਡਾ ਹੁਣ ਹੋ ਗਿਆ, ਚੱਲ ਇੱਧਰ ਬੈਠ ਜਾ। ਪਕੌੜਿਆਂ ਦਾ ਟਾਈਮ ਓਵਰ ਹੋ ਗਿਆ ਹੁਣ ਅਤੇ ਹੁਣ ਚਾਹ ਪੀਂਦੇ ਹੋਏ ਸਾਰੇ ਜਾਣੇ ਆਪਾਂ ਹੁਣ ਅਤੇ ਖਾ ਪੀ ਕੇ ਆ ਗਏ ਸੀ ਪਕੌੜੇ, ਅਤੇ ਹੁਣ ਆਪਾਂ ਇੱਥੇ ਅਰੁਣ ਦੇ ਘਰੇ ਲੰਮੇ ਪਏ ਨੇ। ਵਲੌਗ ਦੇਖਦੇ ਪਏ ਆ, ਲੜਕੇ ਕਹਿੰਦੇ ਪ੍ਰੈਂਕ ਗੋ ਰੋਂਗ, ਉਹ ਆਪਾਂ ਵੀ ਪ੍ਰੈਂਕ ਹੀ ਕਰਿਆ ਹਰੀ ਅਤੇ ਹੁਣ ਹੀ ਹੈ ਨਾ ਮੈਂ ਆਪਾਂ ਇੱਥੇ ਬਹਿ ਕੇ ਬਸ ਆਪਣੇ ਲਈ ਸ਼ਾਰੀ ਮਾਰ ਕੇ ਗਿਆ। ਮੈਂ ਇੱਥੇ ਬਹਿ ਕੇ ਇੱਦਾਂ ਮਤਲਬ ਐਡਿਟ ਕੀਤਾ ਥੋੜ੍ਹਾ ਜਿਹਾ ਪੁਰਾਣਾ ਮੇਰਾ ਵਲੌਗ ਦੇਖਿਓ ਜ਼ਰੂਰ, ਉਹਦਾ ਬਹੁਤ ਜ਼ਿਆਦਾ ਫਨੀ ਆ। ਅਤੇ ਬਸ ਹੁਣ ਅਰੁਣ ਬ੍ਰੋ ਵੀ ਹੁਣ ਚੱਲਾ, ਵੈਸੇ ਕੰਮ ਦੇ ਕੁਛ ਆ ਰਹੇ ਤਾਂ ਨਹੀਂ ਲੱਗਦਾ, ਨਹੀਂ ਰਹਿੰਦੇ ਐਕਸੀਡੈਂਟ ਨਹੀਂ ਨਹੀਂ ਦੇਖਣਾ। ਸੋ ਹੁਣ ਬਸ ਅਰੁਣ ਚੱਲਾ ਕੰਮ ਅਤੇ ਮੈਂ ਵੀ ਹੁਣ ਕੰਮ ਚੱਲ ਜਾਵਾਂ। ਹਾਰਡ ਲਾਈਫ ਬ੍ਰੋ, ਹਾਰਡ ਲਾਈਫ, ਹਾਰਡ ਲਾਈਫ ਸਟਰਗਲ ਕਰਨਾ ਹੀ ਪੈਂਦਾ ਬ੍ਰੋ, ਕੋਈ ਫਿਰ। ਸੋ ਹੁਣ ਮੈਂ ਆਪਣੇ ਘਰ ਆਇਆ ਸੀ ਅਤੇ ਮੈਂ ਲੰਮਾ ਪਿਆ ਆਇਆ, ਅਤੇ ਹੁਣ ਮੈਂ ਆਪਣੇ ਹੀ ਲੈਪਟੋਪ 'ਤੇ ਆਪਣੇ ਵਲੌਗ ਦੇਖਣ ਲੱਗਾ। ਹਾਂਜੀ ਮੇਰਾ ਪਹਿਲਾ ਵਲੌਗ ਮੈਂ ਦੇਖਣ ਲੱਗਾ ਕਿ ਮਤਲਬ ਮੈਂ ਆਪਣੀ ਸਟਾਰਟਿੰਗ ਕਿੱਦਾਂ ਕੀਤੀ ਸੀਗੀ। ਸੋ ਹੁਣ ਮੈਂ ਉਹ ਦੇਖਦਾ ਪਿਆ, ਸੋ ਗਾਇਸ ਹੁਣ ਮੈਂ ਆਪਣੇ ਵਲੌਗ ਦੇਖਦਾ ਪਿਆ ਸੀ ਅਤੇ ਮੇਰਾ ਯਾਰ ਸੈਕਿੰਡ ਵਲੌਗ ਕਿੰਨਾ ਵਧੀਆ ਨਾ, ਮਤਲਬ ਮੈਂ ਕਿੰਨੇ ਮਤਲਬ ਬੈਸਟ ਸੀਗਾ ਉਹ ਚੀਜ਼, ਕਿੰਨੀ ਵਧੀਆ ਚੀਜ਼ ਨਾ ਮੈਂ ਉਹ ਚੀਜ਼ ਮਤਲਬ ਸਾਰੇ ਡਿਫਾਈਨ ਕਰਦਾ ਪਿਆ ਆ, ਉਹ ਜੋ ਜੋ ਕਰਨਾ ਵਧੀਆ ਆ ਅਤੇ ਬਹੁਤ ਵਧੀਆ ਦੇਖਿਓ। ਅਸੀਂ ਤਾਂ ਖਰੀਦਾਂਗੇ ਟਿਕਟਾਂ 2-2 ਹਜ਼ਾਰ ਰੁਪਏ ਦੀਆਂ ਟਿਕਟਾਂ, ਜ਼ਿਆਦਾ ਮਹਿੰਗੀਆਂ ਨਹੀਂ ਆ, ਪਰ ਕੋਈ ਨਹੀਂ ਅਸੀਂ ਦੇਖੋ ਵਧੀਆ ਆ, ਮੈਂ ਵੀ ਹੁਣ ਇਹ ਦੇਖ ਲਵਾਂ। ਦੇਖੋ ਦੇਖੋ ਉਹ ਯਾਰ ਬਹੁਤ ਕਰਾਈ ਯਾਰ। ਫਿਰ ਰੈਡੀ ਹੋ ਗਿਆ ਅਤੇ ਹੁਣ ਮੈਂ ਚੱਲਾਂ ਤਰਨ ਸਾਹਿਬ ਜੀ ਗੁਰਦੁਆਰਾ, ਬਿਕੋਜ਼ ਮੇਰਾ ਦਿਲ ਕਰਦਾ ਸੀ ਬਹੁਤ ਦਿਨਾਂ ਤੋਂ ਜਾਣ ਨੂੰ, ਬਿਕੋਜ਼ ਮੇਰੇ 1 ਤਰੀਕ ਤੋਂ ਕੋਲ ਸਟਾਰਟ ਹੋ ਜਾਣੇ ਆ ਅਤੇ ਅੱਜ ਹੈਗੀ 30।
ਸੋ ਮੈਂ ਕਿਹਾ ਚੱਲ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਜਾਣ ਦੇ ਆ, ਸੋ ਅੱਜ ਥੋੜ੍ਹਾ ਹੋਇਆ ਪ੍ਰੋਗਰਾਮ ਬਣਿਆ ਅਤੇ ਅੱਜ ਆਪਾਂ ਚੱਲੇ ਹਾਂ। ਸੋ ਹੁਣ ਆਪਾਂ ਚੱਲੇ ਹਾਂ, ਲਾਬਰੇ ਪਿੱਕ ਕਰ ਲਿਆ ਮੈਂ ਇੱਥੋਂ ਅਤੇ ਮੈਂ ਆਈ ਨਹੀਂ, ਸੋ ਹੁਣ ਆਪਾਂ ਜਾਂਦੇ ਪਏ ਹਾਂ ਅਤੇ ਹੁਣ ਆਪਾਂ ਇੱਥੇ ਰਾਹ 'ਤੇ ਜਾਂਦੇ ਪਏ ਹਾਂ। ਸੋ ਆਹ ਦੇਖੋ ਆਪਾਂ ਗੂਗਲ ਮੈਪ ਲਾਇਆ ਹੋਇਆ ਆ ਅਤੇ ਆਪਾਂ ਜਾਂਦੇ ਪਏ ਹਾਂ ਹੁਣ, ਅਤੇ ਮੈਂ ਤੁਹਾਨੂੰ ਉੱਥੇ ਆ ਕੇ ਹੁਣ ਬਾਕੀ ਵੀਡੀਓ ਦਿਖਾਉਂਦਾ ਹਾਂ, ਬਿਕੋਜ਼ ਮੇਰਾ ਪਿੱਛੇ ਕੈਮਰਾਮੈਨ ਕੈਮਰਾ ਨਹੀਂ ਵਰਤਦਾ ਪਿਆ, ਕਿੱਦਾਂ ਤੂੰ ਆਪੇ ਯੂਜ਼ ਕਰ। ਚਲੋ ਗਾਇਸ ਆਪਾਂ ਪਹੁੰਚ ਚੁੱਕੇ ਹਾਂ ਅਤੇ ਆਪਾਂ ਸਕੂਟਰੀ ਪਾਰਕ ਕਰਤੀ ਆ ਅਤੇ ਯਾਰ ਇਹ ਤੰਗਦਾ ਪਿਆ ਬ੍ਰੋ, ਮੈਂ ਐਕਸਟ੍ਰੋਵਰਟ ਹੈ, ਮੈਂ ਐਕਸਟ੍ਰੋਵਰਟ ਹਾਂ, ਇਹ ਥੋੜ੍ਹਾ ਮੈਨੂੰ ਇੰਟਰੋਵਰਟ ਲੱਗਦਾ ਅਤੇ ਇੱਧਰ ਹੋ ਗਿਆ। ਚਲੋ ਜੀ ਐਂਟਰੀ ਹੋ ਗਈ ਆ, ਮਾਰ ਮੋਲ ਬਣ ਲਈ ਹੈ। ਇੱਥੇ ਤਾਂ ਕਾਫੀ ਦੁਕਾਨਾਂ ਅਤੇ ਹੁਣ ਆਪਾਂ ਇੱਥੇ ਚੱਲੇ ਹਾਂ ਅੰਦਰ, ਇੱਥੇ ਅਤੇ ਹੁਣ ਆਪਾਂ ਇੱਥੇ ਅੰਦਰ ਮੱਥਾ ਟੇਕਣਾ। ਯਾਰ ਮੈਂ ਪ੍ਰੋ ਪ੍ਰੋਗਰਾਮ ਨੂੰ ਸ਼ੂਟ ਕਰਦਾ ਕਿਹਾ, ਸ਼ਾਇਦ ਕਿਆ ਪਤਾ ਬਾਬਿਆਂ ਦੀ ਕਿਰਪਾ ਨਾਲ, ਕਿਆ ਪਤਾ ਇਹੀ ਬਲੋਗ ਚੱਲ ਪਵੇ, ਕੁਝ ਨਹੀਂ ਪਤਾ ਹੁੰਦਾ, ਸੋ ਸ਼ਾਇਦ ਮੈਂ ਇਹ 'ਚ ਫੇਮਸ ਹੋ ਜਾਵਾਂ। ਆਪਾਂ ਹੁਣ ਇੱਥੇ ਸ਼ੂਜ਼ ਉਤਾਰਨੇ ਆ ਅਤੇ ਉਸ ਤੋਂ ਬਾਅਦ 'ਚ ਆਪਾਂ ਮੱਥਾ ਟੇਕਦੇ ਹਾਂ। ਅਤੇ ਸਾਨੂੰ ਆਹ ਕੋਇਨ ਮਿਲਿਆ, ਇਹ ਸਾਡਾ ਇਦਾਂ ਨੰਬਰ ਆ। ਸੋ ਗਾਇਸ ਆਪਾਂ ਇੱਥੇ ਪ੍ਰਸ਼ਾਦ ਲੱਭਦੇ ਪਏ, ਬਿਕੋਜ਼ ਆਪਾਂ ਪ੍ਰਸ਼ਾਦ ਪਿੱਛੋਂ ਆਹ ਇੱਥੋਂ ਮਿਲ ਜਾਣਾ ਹੈ ਨਾ, ਇੱਥੋਂ ਲੈ ਲੈ ਬਿਕੋਜ਼ ਪਿੱਛੋਂ ਸਾਨੂੰ ਮਿਲਿਆ ਨਹੀਂ, ਮਤਲਬ ਆਪਾਂ ਲੈ ਜਾਣੀ ਸਾਨੂੰ ਚੇਤਾ ਹੀ ਭੁੱਲ ਗਿਆ ਸੀ ਹੈ, ਆ ਦੇ ਅੰਦਰ ਹੋਣੇ ਆ। ਅਤੇ ਹੁਣ ਆਪਾਂ ਬਸ ਇੱਥੇ ਪ੍ਰਸ਼ਾਦ ਲੈਣ ਲੱਗੇ ਅਤੇ ਇੱਥੇ ਇੱਦਾਂ ਕਿ ਇਹ ਦੋ ਮੰਨਦੇ ਕਿ ਜਿਹੜੇ ਮਤਲਬ ਜਿਹਨਾਂ ਦਾ ਕੰਮ ਨਹੀਂ ਬਣਦਾ ਬਲ ਆ ਅਤੇ ਉਹਨਾਂ ਨੂੰ ਸ਼ਾਇਦ ਇੱਥੇ ਮਤਲਬ ਕਹਿੰਦੇ ਜਾ ਚਲੋ ਉਹਨਾਂ ਕੰਮ ਬਣ ਜਾਂਦਾ, ਸੋ ਇੱਥੇ ਇਹ ਜ਼ਿਆਦਾ ਮੰਨਿਆ ਜਾਂਦਾ। ਹਾਂ ਇੱਥੇ ਸਾਰੇ ਆਉਂਦੇ, ਬਟ ਮੇਰਾ ਤਾਂ ਜ਼ਿਆਦਾ ਕੋਈ ਉਹ ਨਹੀਂ ਹੈ, ਮੇਰੇ ਤਾਂ 1 ਤਰੀਕ ਨੂੰ ਕੋਲਜ ਸਟਾਰਟ ਹੋਣੇ ਆ, ਇਸ ਲਈ ਮੈਂ ਉਹ ਤੋਂ ਪਹਿਲਾਂ ਮੈਂ ਚੱਲ ਇੱਕ ਵਾਰੀ ਅਤੇ ਬਾਬਿਆਂ ਦੇ ਮੱਥਾ ਟੇਕ ਕੇ ਆਉਂਦਾ। ਸੋ ਆਪਾਂ ਆਹ ਲਿਆ ਇੱਕ ਮੈਂ ਐਤਕ ਲੈਣਾ ਅਤੇ ਆਪਾਂ ਤਾਂ ਇੱਕ ਪ੍ਰਸ਼ਾਦ ਲੈ ਲਿਆ, ਸੋ ਹੁਣ ਆਪਾਂ ਚੜਾ ਲੈਂਦੇ ਇੱਦਾਂ ਨਾ, ਕਹਿੰਦੇ ਵਧੀਆ ਹੁੰਦਾ ਬਿਲਕੁਲ। ਚਲੋ ਦੇਖੋ ਰੱਬ ਸੁੱਖ ਰੱਖੇ, ਕਿਆ ਪਤਾ ਵਧੀਆ ਹੋ ਜਾਵੇ ਕੁਛ ਲਾਈਫ 'ਚ ਵਧੀਆ ਆਪਣੀ ਹੋ ਜਾਵੇ, ਸੋ ਆਪਾਂ ਇੱਥੇ ਚੱਲੇ। ਸੋ ਹੁਣ ਆਪਾਂ ਇੱਥੇ ਥੱਲੇ ਮਤਲਬ ਮੱਥਾ ਟੇਕਿਆ, ਉੱਪਰ ਲੈ ਟੇਕਣਾ ਆ, ਸੋ ਆਪਾਂ ਪਹਿਲਾਂ ਉੱਪਰ ਜਾਂਦੇ, ਇੱਥੇ ਮੈਂ ਤਾਂ ਘੱਟ ਵੀਡੀਓ ਰਿਕਾਰਡ ਕਰਦਾ ਅਤੇ ਮਤਲਬ ਗੁਰਦੁਆਰੇ ਥੋੜ੍ਹਾ ਇੰਨਾ ਵਧੀਆ ਨਹੀਂ ਲੱਗਦਾ ਅੰਦਰ। ਸੋ ਉੱਤੋਂ ਆਹ ਰਸਤਾ ਜਾਂਦਾ, ਸੋ ਆਪਾਂ ਇੱਥੇ ਜਾਣਾ ਮੱਥਾ ਟੇਕ ਕੇ ਅੰਦਰ ਜਾਂਦੇ। ਸੋ ਆਪਾਂ ਹੁਣ ਗਾਇਸ ਇੱਥੇ ਮੈਂ ਮੱਥਾ ਟੇਕ ਲਿਆ, ਹੁਣ ਲੰਗਰ ਲਾਇਆ, ਲੰਗਰ ਖਾਵਾਂਗੇ, ਸ਼ਾਹੀ ਪਰਸਨ ਆਇਆ, ਸ਼ਾਹੀ ਪਰਸਨ। ਸੋ ਹੁਣ ਆਪਾਂ ਅੰਦਰ ਇੱਥੇ ਮੱਥਾ ਟੇਕ ਲਿਆ, ਸੋ ਹੁਣ ਆਪਾਂ ਚੱਲੇ ਘਰ ਨੂੰ ਅਤੇ ਹੁਣ ਭਾਅ ਜੀ ਡਰਾਈਵ ਕਰੋਗੇ ਕਰੋ, ਇਹ ਕੀ ਮੈਂ ਕਿਹਾ ਨੈਵੀਗੇਸ਼ਨ ਲਾਈ ਆ, ਚਲੋ ਮੋੜੋ। ਸੋ ਗਾਇਸ ਆਪਾਂ ਹੁਣ ਨਿਕਲ ਗਏ ਹਾਂ ਗੁਰਦੁਆਰੇ ਤੋਂ ਬਾਹਰ ਅਤੇ ਹੁਣ ਚੱਲੇ ਘਰ ਨੂੰ। ਹਾਂ ਦੇਖ ਵੀਜ਼ਾ ਕਾਉਂਸਲ, ਆਹ ਦੇਖ ਬਾਹਰ ਦੇਖ ਕਿੰਨੇ ਵਧੀਆ ਪ੍ਰਮੋਟ, ਹਾਂ ਦੇਖ ਲਓ ਨਾਲ ਕਿੰਨੇ ਵਧੀਆ ਨੇ ਉਹ ਜਗ੍ਹਾ 'ਤੇ ਆਪਣਾ ਪ੍ਰਮੋਸ਼ਨ ਉਹ ਕੀਤੀ ਆ ਹੈ ਨਾ, ਪੋਸਟਰਸ ਲਾ ਕੇ ਮੈਂ ਬੈਠਾ ਵਿੱਚ, ਹੁਣ ਮੈਂ ਇੱਧਰ ਤੁਰੇ ਆ ਸ਼ੂਟ ਕਰ ਸਕਦਾ ਹਾਂ, ਪਹਿਲਾਂ ਨਹੀਂ ਕਰ ਸਕਦਾ, ਬਹੁਤ ਦੇਰ ਕਰਦਾ ਨਹੀਂ। ਲਵਪ੍ਰੀਤ ਬ੍ਰੋ ਇਹ ਸ਼ਾਹੀ ਪਰਸਨ ਆਏ, ਇੰਟਰੋਵਰਟ ਇੰਟਰੋਵਰਟ। ਸੋ ਗਾਇਸ ਇੱਥੇ ਆਪਾਂ ਹੁਣ ਟ੍ਰੈਫਿਕ ਵਿੱਚ ਫਸ ਗਏ ਹਾਂ, ਬਿਕੋਜ਼ ਮੋਰੇ ਉਹ ਗੱਡੀ ਖਰਾਬ ਹੋ ਗਈ ਆ ਅਤੇ ਹੁਣ ਆਪਾਂ ਤੋਂ ਇੱਦਾਂ ਨਿਕਲਾਂਗੇ। ਔਖਾ ਲੱਗ ਰਿਹਾ ਕੰਮ ਜਾਂ ਸੇ ਚਲੋ ਜੀ ਗੱਡੀ ਵੀ ਸਟਾਰਟ ਹੋ ਗਈ ਜਦੋਂ ਆਪਾਂ ਗੱਡੀ ਬਾਇਸ ਹੁਣ ਆਪਾਂ ਇੱਥੇ ਰੁਕੇ ਹਾਂ ਅਤੇ ਸਾਨੂੰ ਆਉਂਦਿਆਂ ਨੂੰ ਭੁੱਖ ਲੱਗ ਗਈ ਅਤੇ ਇੱਥੇ
ਬਰਗਰ ਖਾਣ ਰੁਕੇ ਅਤੇ ਕਹਿੰਦੇ ਇੱਕ ਵਾਰ ਇੱਥੇ ਬਰਗਰ ਟਰਾਈ ਕਰ, ਬਹੁਤ ਵਧੀਆ ਹੁੰਦਾ। ਸੋ ਹੁਣ ਇੱਥੇ ਬਰਗਰ ਟਰਾਈ ਕਰਦੇ ਹਾਂ। ਸੋ ਹੁਣ ਬਰਗਰ ਹੁਣ ਰੈਡੀ ਹੋ ਗਏ, ਕਾਫੀ ਟਾਈਮ ਲੱਗਾ ਅਤੇ ਮੈਨੂੰ ਹੁਣ ਇੱਥੇ ਯਾਦ ਨਹੀਂ ਆਉਂਦੀ ਸੱਚੀ ਦੇ ਸਕਦਾ, ਮੈਂ ਦਿਲ ਕਰ ਇੱਥੇ ਹੀ ਸੌ ਜਾਵਾਂ ਹੁਣ। ਤੈਨੂੰ ਨਹੀਂ ਆਉਂਦੀ ਨੀਂਦ? ਨਹੀਂ ਨਹੀਂ। ਚਲੋ ਫਿਰ ਦੋ ਵਜੇ ਸੌ ਜਾ, ਦੋ ਵਜੇ ਦਸ ਵਜੇ ਉੱਠੀ ਹੈ, ਮੈਂ ਸੌ ਜਾਣਾ। ਹੁਣ ਮੈਂ ਘਰ ਆ ਕੇ ਥੋੜ੍ਹਾ ਬਹੁਤਾ ਵਲੌਗ ਐਡਿਟ ਕਰਕੇ ਸੌ ਜਾਣਾ। ਗਾਇਸ ਫਾਈਨਲੀ ਆਈ ਅਰਾਈਵਡ ਐਟ ਹੋਮ। ਸੋ ਅੱਜ ਦੇ ਵਲੌਗ ਲਈ ਸਿਰਫ ਇੰਨੇ, ਅਤੇ ਮੈਂ ਹੁਣੀ ਪਹੁੰਚਾ ਅਤੇ ਘਰਦਿਆਂ ਨੂੰ ਪ੍ਰਸ਼ਾਦ ਦੇਵਾਂ ਪਹਿਲਾਂ ਦਾ, ਅਤੇ ਬਸ। ਅਤੇ ਹੁਣ ਮੇਰੇ ਵਾਲ ਵੀ ਇੰਨੇ ਖਰਾਬ ਹੋਏ ਨਾ, ਅਤੇ ਬਸ ਨਾ ਤਾਂ ਮੈਂ ਰੈਸਟ ਕਰਦਾ ਹਾਂ।